हालात है कि मैंबर पार्लीमेंट होना पे, सारे लोगों होना पे, मीडिया होना पे कि नॉमिनेशन पर आने वास्ते, क्योंकि उन्होंने कोशिश आई सी कांग्रेस की कि नॉमिनेशन भर नहीं देनी। डेमोक्रेसी का कहान तुसी देखिया, कल देखिया किवें उन्हें कांग्रेस ने अपने जोर नाल, पुलिस के जोर नाल अपने गैंगस्टर बुला के जिहड़े आम जनता नॉमिनेशन देने वास्ते आई सी उन्होंने हमला किया। यह तो माड़ी गल की है। उवें तुसी भिक्की विंड देखिया अज इस मजबूरन, क्योंकि सानू सारा इत्थे आना पिया, नहीं तो आई हल अज फिरोजपुर होना सी, जीरे होना सी, इत्थे अपना गुरुवर साहिब होना सी। ਤੁਸੀਂ ਦੇਖਿਆ ਕਿ ਅੱਜ ਅੱਜ ਜ਼ਿਲ੍ਹਿਆਂ 'ਚ ਜਦੋਂ ਪੰਚਾਇਤ ਦੇ ਇਲੈਕਸ਼ਨ ਸੀ, ਕਿਸੇ ਸਰਪੰਚ ਦੇ ਓਪੋਜੀਸ਼ਨ ਦੇ ਕਾਗਜ਼ ਨਹੀਂ ਭਰਨ ਦਿੱਤੇ, ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਦੇ ਇੱਕ ਕਾਗਜ਼ ਨਹੀਂ ਭਰਨ ਦਿੱਤੇ। ਇਹ ਤੋਂ ਵੱਧ ਗੁੰਡਾਗਰਦੀ ਕੀ ਆ? ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਆਹ ਸਾਰੇ ਕਾਂਗਰਸ ਦੇ ਇੱਥੇ ਲੋਕ ਹਾਰ ਮੰਨ ਚੁੱਕੇ ਆ। ਜੇ ਕਾਗਜ਼ ਰੱਦ ਕਰਾਉਣੇ ਦਾ ਮਤਲਬ ਉਹ ਆਪਣੀ ਹਾਰ ਮੰਨ ਚੁੱਕੇ ਹੈ। ਇਸ ਇਲਾਕੇ ਦੇ ਲੋਕ, ਪੰਜਾਬ ਦੇ ਲੋਕ ਆ ਦੁਖੀ ਆ ਕਾਂਗਰਸ ਤੋਂ। ਜਿੰਨੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਅੱਜ ਪੰਜਾਬ 'ਚ ਹੈ, ਗੁੰਡਾਗਰਦੀ ਸਿਚੁਏਸ਼ਨ ਅੱਜ ਪੰਜਾਬ 'ਚ ਹੈ, ਕਿਸੇ ਮਰਜ਼ੀ ਸ਼ਹਿਰ ਚਲੇ ਜਾਓ ਉੱਥੇ ਤੁਸੀਂ ਦੇਖੋ ਜਿੰਨੀਆਂ ਉੱਥੇ ਲੁੱਟ ਖੋਹਾਂ ਮਰਡਰ ਰੋਜ਼ ਹੋ ਰਹੇ ਹੈ। ਆਮ ਇਨਸਾਨ ਰਾਤ ਨੂੰ ਜਾਂ ਦਿਨੇ ਸੜਕ 'ਤੇ ਜਾ ਨਹੀਂ ਸਕਦਾ, ਲੇਡੀਜ਼ ਨਹੀਂ ਜਾ ਸਕਦੀਆਂ, ਕੋਈ ਡਰ ਹੈ ਕਿ ਉਹਨਾਂ ਦੇ ਇੱਕ ਪਰਸ ਖੋਲੂਗਾ, ਕੋਈ ਉਹਨਾਂ ਦੀ ਚੇਨ ਖੋਲੂਗਾ। ਆਹ ਤਾਂ ਹਾਲਾਤ ਬਣੇ ਪਏ। ਮੁੱਖ ਮੰਤਰੀ ਪਹਿਲਾਂ ਹੈ, ਜਿਹੜਾ ਮੁੱਖ ਮੰਤਰੀ ਨੂੰ ਕੋਈ ਪਰਵਾਹ ਨਹੀਂ, ਕੋਈ ਫਿਕਰ ਨਹੀਂ। ਸਰ ਮਾਹੌਲ ਅੱਜ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਦੁਕਾਨਾਂ ਦੇ ਅੰਦਰ ਸ਼ਟਰ ਬੰਦ ਕਰਕੇ ਕਾਫੀ ਲੋਕ ਜਿਹੜੇ ਅੰਦਰ ਬੈਠੇ ਸੀ ਪੁਲਿਸ ਨੇ ਬਾਅਦ 'ਚ ਕੱਢੇ। ਮੈਂ ਵੀ ਕਹਿ ਰਿਹਾ ਕਿ ਦਹਿਸ਼ਤ ਦਾ ਮਾਹੌਲ ਹੈ, ਇਲੈਕਸ਼ਨ ਹੈ, ਜਨਤਾ ਨੇ ਫੈਸਲਾ ਕਰਨਾ ਹੈ। ਜੇ ਤੁਸੀਂ ਇਲੈਕਸ਼ਨ ਹੀ ਨਹੀਂ ਲੜਨ ਦੇਣਾ, ਇਹਦਾ ਮਤਲਬ ਤੁਸੀਂ ਗੁੰਡਾਗਰਦੀ ਤੋਂ ਆ ਗਏ ਹੋ, ਅਤੇ ਪੰਜਾਬ ਦੀ ਜਨਤਾ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਦੀ। ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਦਾ ਥਰੂਆਊਟ ਪੰਜਾਬ, ਸਿਵਲ ਅਤੇ ਪੁਲਿਸ ਐਡਮਿਨਿਸਟ੍ਰੇਸ਼ਨ ਮਤਲਬ ਨਾ ਹੀ ਮਤਲਬ ਲੈਣਾ ਬੰਦ ਕਰ ਦਿਓ। ਐਂ ਲੱਗਦਾ ਹੈ ਜਿਵੇਂ ਆਹ ਕਾਂਗਰਸ ਦੀ ਐਡਮਿਨਿਸਟ੍ਰੇਸ਼ਨ ਹੈ ਅਤੇ ਕਾਂਗਰਸ ਦੀ ਪੁਲਿਸ ਹੈ।